ਜੀ ਵੈਲਕਮ ਜੀ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਸੋ ਵੈਲਕਮ ਟੂ ਅਨਦਰ ਲਾਈਵ ਤੇ ਅਨਦਰ ਮਾਰਕੀਟ ਪ੍ਰੀਵਿਊ ਦੇ ਵਿੱਚ ਜਿਹਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਨੈਕਸਟ ਵੀਕ ਦੇ ਵਿੱਚ ਕੀ ਹੋਣ ਜਾ ਰਿਹਾ ਤੇ ਕਾਫੀ ਇੰਪੋਰਟੈਂਟ ਵੀਕ ਆ अगेन ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਕਿ ਹਰ ਕੋਈ ਵੀਕ ਬਹੁਤ ਇੰਪੋਰਟੈਂਟ ਹੁੰਦਾ ਆ ਕਿਉਂਕਿ ਹਰੇਕ ਵੀਕ ਦੇ ਵਿੱਚ ਕੋਈ ਨਾ ਕੋਈ ਇੱਕ ਇਦਾਂ ਦਾ ਈਵੈਂਟ ਹੁੰਦਾ ਜਿਹੜਾ ਮਾਰਕੀਟ ਨੂੰ ਉੱਪਰ ਥੱਲੇ ਲਿਜਾ ਸਕਦਾ ਤੇ ਨਾਲ ਦੀ ਨਾਲ ਬਹੁਤ ਸਾਰੇ ਸਟਾਕਾਂ ਬਾਰੇ ਗੱਲਬਾਤ ਕਰਾਂਗੇ ਅੱਜ ਕਿ ਕਿਹੜੇ ਏਰੀਏ ਤੋਂ ਆਪਾਂ ਜਿਹੜੇ ਸਟਾਕਸ ਆ ਉਹਨਾਂ ਦੀ ਐਂਟਰੀ ਲੈ ਸਕਦੇ ਹਾਂ ਸੋ ਕਾਫੀ ਸਟਾਕ ਨੇ ਜਿਹੜੇ ਮੈਂ ਤੁਹਾਨੂੰ ਦੱਸੂਗਾ ਜਿਨ੍ਹਾਂ ਦੀ ক্লোਜ਼ ਟੂ ਐਂਟਰੀ ਏਰੀਏ ਤੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਨੈਕਸਟ ਵੀਕ ਤੇ ਉਹਨਾਂ ਦੇ ਵਿੱਚ ਟਰੇਡ ਕਰ ਸਕਦੇ ਹੋ ਸੋ ਬਾਕੀ ਜੇ ਤੁਹਾਡੇ ਲਾਈਵ ਦੇ ਉੱਪਰ ਜਿਹੜੇ ਨੇ ਜੇ ਉਹਨਾਂ ਦਾ ਕੋਈ ਕੁਐਸਚਨ ਹੈਗਾ ਤਾਂ ਚੈਟ ਤੇ ਵਿੱਚ ਪਾ ਦਿਓ ਤਾਂ ਕਿ ਮੈਂ ਤੁਹਾਨੂੰ ਐਂਡ ਤੱਕ ਆਨਸਰ ਕਰ ਸਕਾਂ ਵੈਸੇ ਤਾਂ ਮੈਨੂੰ ਲੱਗਦਾ ਕਿ ਮੋਸਟਲੀ ਜਿਹੜੇ ਤੁਹਾਡੇ ਕੁਐਸਚਨ ਆ ਉਹ ਆਨਸਰ ਹੋ ਹੀ ਜਾਣੇ ਆ ਕਿਉਂਕਿ ਬੜੇ ਜ਼ਿਆਦਾਿਆਂ ਦਾ ਇਹੀ ਕੁਐਸਚਨ ਹੁਣ ਆਇਆ ਕਿ ਅਰਨਿੰਗ ਕਿਹੜੀ ਪਲੇ ਕਰਨੀ ਆ ਸੋ ਉਹਦੇ ਬਾਰੇ ਵੀ ਆਪਾਂ ਜ਼ ਸੋ ਗੱਲਬਾਤ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਕਿ ਨੈਕਸਟ ਵੀਕ ਦੇ ਵਿੱਚ ਕੀ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਕਿ ਅੰਕਲ ਜੇਰਮ ਪਾਲ ਜਿਹੜੇ ਆ ਉਹ ਵਾਪਸ ਆ ਰਹੇ ਨੇ ਸੋ ਉਹ ਇੱਕ ਸਪੀਚ ਦੇਣਗੇ ਜਿਹਦੇ ਵਿੱਚ ਹੋ ਸਕਦਾ ਕਿ ਕੁਛ ਨਾ ਕੁਛ ਮਾਰਕੀਟ ਦੇ ਬਾਰੇ ਗੱਲਬਾਤ ਕਰਨ ਕਈ ਵਾਰੀ ਇਦਾਂ ਦੇ ਟੌਪਿਕ ਤੇ ਸਪੀਚ ਹੁੰਦੀ ਹੈ ਕਿ ਉਹ ਥੋੜਾ ਜਿਹਾ ਇੰਟਰਸਟ ਰੇਟ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਟੱਚ ਨਹੀਂ ਕਰਦੇ ਤੇ ਕੋਈ ਓਪਨਿੰਗ ਸਪੀਚ ਦੇ ਕੇ ਚਲੇ ਜਾਂਦੇ ਆ ਬਟ ਇਸ ਵਾਰ ਜਿਹੜੀ ਇਕਨੋਮਿਕ ਤੇ ਥੋੜੀ ਜੀ ਇਕਨੋਮੀ ਤੇ ਥੋੜੀ ਜੀ ਸਪੀਚ ਹੈਗੀ ਉਹਦੇ ਵਿੱਚ ਸ਼ਾਇਦ ਗੱਲਬਾਤ ਕਰਨ ਜਿਹੜੀ ਰੀਸੈਂਟ ਇੱਕ CPI ਇਨਫਲੇਸ਼ਨ ਡਾਟਾ ਆਇਆ ਜਿਹੜਾ ਕਿ ਐਕਸਪੈਕਟੇਸ਼ਨ ਤੋਂ ਜ਼ਿਆਦਾ ਆਇਆ ਉਹਨੂੰ ਲੈ ਕੇ ਤੇ ਆਉਣ ਵਾਲੇ ਇੰਟਰਸਟ ਰੇਟ ਨੂੰ ਲੈ ਕੇ ਸੋ ਉਹ ਜਿਹੜਾ ਵਾ ਬੁੱਧਵਾਰ ਨੂੰ ਹੈਗੀ ਆ ਸੋ ਕਾਫੀ ਲੋਕਾਂ ਦੀ ਨਿਗਾਹ ਉਹਦੇ ਉੱਪਰ ਹੋਊਗੀ ਕਿ ਉਹਦੇ ਵਿੱਚ ਕੀ ਰਿਮਾਰਕਸ ਹੁੰਦੇ ਆ ਅੰਕਲ ਜੇਰਮ ਪੌਲ ਦੇ ਸੋ ਉਹਦੇ ਵਿੱਚ ਕਿਹੜੀ ਗੱਲਬਾਤ ਹੁੰਦੀ ਆ ਉਹਨੂੰ ਆਪਾਂ ਧਿਆਨ ਦੇ ਨਾਲ ਦੇਖਾਂਗੇ ਅਗਲੇ ਵੀਕ ਦੇ ਵਿੱਚ ਸੋ ਇੱਕੋ ਮਿੰਟ ਮੈਂ ਬਸ ਇੱਕ ਡੇ ਕਨਫਰਮ ਕਰਨਾ ਕਿ ਬੁੱਧਵਾਰੀ ਆ ਤੇ ਜਾਂ ਵੀਰਵਾਰ ਨੂੰ ਆ ਵੀਰਵਾਰ ਨੂੰ ਆ ਜੀ ਸੋ ਮੈਂ ਸਿਰਫ ਇਹੀ ਦਿਨ ਦਾ ਬੁਲੇਖਾ ਸੀ ਕਿ ਕਿਹੜੇ ਦਿਨ ਆ ਸੋ ਵੀਰਵਾਰ ਨੂੰ ਆ ਥਰਸਡੇ ਨੂੰ ਆ ਥਰਸਡੇ ਨੂੰ ਅੰਕਲ ਜੀ ਰਮਪਾਲ ਬੋਲਣਗੇ 12 ਵਜੇ ਦੁਪਹਿਰੇ ਸੋ ਉਹਦਾ ਆਪਾਂ ਥੋੜਾ ਜਿਹਾ ਧਿਆਨ ਰੱਖਣਾ ਕਿ ਕੀ ਉਹਦੇ ਵਿੱਚ ਕਹਿੰਦੇ ਆ ਉਸ ਦਿਨ ਮਾਰਕੀਟ ਦੇ ਵਿੱਚ ਤੁਸੀਂ 12:00 ਦੇ ਸਾਢੇ 11 ਦੇ ਨੇੜੇ ਥੋੜਾ ਜਿਹਾ ਜਿਹਾ ਮਾਰਕੀਟ ਤੋਂ ਬਾਹਰ ਹੋ ਜੋ ਤਾਂ ਵਧੀਆ ਹੋਊਗਾ ਕਿਉਂਕਿ ਜਦੋਂ ਅੰਕਲ ਨੇ ਬੋਲਣਾ ਤੁਹਾਨੂੰ ਪਤਾ ਹੀ ਆ ਕਿ ਕਈ ਵਾਰੀ ਮਾਰਕੀਟ ਇੱਕਦਮ ਉੱਪਰ ਜਾਂ ਥੱਲੇ ਜਾਂਦੀ ਆ ਸੋ ਆਪਾਂ ਨਹੀਂ ਚਾਹੁੰਦੇ ਕਿ ਉਹਦੇ ਵਿੱਚ ਸਟਕ ਹੋਈਏ ਸੋ ਇਸ ਲਈ ਥੋੜਾ ਜਿਹਾ ਪਹਿਲਾਂ ਹੀ ਆਪਣੇ ਆਪ ਨੂੰ ਪ੍ਰੀਪ ਤੇ ਬਾਅਦ ਚ ਬਹੁਤ ਸਾਰੇ ਬੰਦੇ ਕਈ ਵਾਰੀ ਟਰੇਡ ਦੇ ਵਿੱਚ ਸਟਕ ਰਹਿ ਜਾਂਦੇ ਨੇ ਦੂਸਰਾ ਕੀ ਹੈ ਕਿ ਬਹੁਤ ਸਾਰੀਆਂ ਅਰਨਿੰਗਸ ਆ ਰਹੀਆਂ ਨੇ ਨੈਕਸਟ ਵੀਕ ਦੇ ਵਿੱਚ ਬਟ ਦੋ ਬਿਗ ਅਰਨਿੰਗਸ ਨੇ ਜਿੰਨਾ ਬਾਰੇ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਜਿਹੜੀਆਂ ਨੈਕਸਟ ਵੀਕ ਦੇ ਵਿੱਚ ਮਾਰਕੀਟ ਨੂੰ ਇੱਕ ਡਾਇਰੈਕਸ਼ਨ ਦੇ ਸਕਦੀਆਂ ਤੇ ਇੰਟਰਸਟਿੰਗਲੀ ਦੋਵੇਂ ਹੀ ਬੁੱਧਵਾਰ ਆਫਟਰ ਮਾਰਕੀਟ ਮਾਰਕੀਟ ਬੰਦ ਹੋਣ ਤੋਂ ਬਾਅਦ ਸੋ ਜੇ ਇਹ ਦੋਵੇਂ ਇੱਕ ਡਾਇਰੈਕਸ਼ਨ ਦੇ ਵਿੱਚ ਕਿਤੇ ਆ ਗਈਆਂ ਜੇ ਉੱਪਰ ਨੂੰ ਤਾਂ ਮਾਰਕੀਟ ਵੀਰਵਾਰ ਨੂੰ ਬਹੁਤ ਪੰਪ ਵੀ ਹੋ ਜਾਊਗੀ ਤੇ ਜੇ ਥੱਲੇ ਨੂੰ ਆ ਗਈਆਂ ਤਾਂ ਥੱਲੇ ਵੀ ਡਿੱਗ ਸਕਦੀ ਮਾਰਕੀਟ ਤਾਂ ਸ਼ਾਇਦ ਮਾਰਕੀਟ ਉੱਥੇ ਕਰੂਗੀ ਰਵੇ ਜੋ ਕਿ ਵਧੀਆ ਹੋ ਸਕਦਾ ਮਾਰਕੀਟ ਦੇ ਲਈ ਸੋ ਦੋਵੇਂ ਬਿਗ ਅਰਨਿੰਗਸ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀ ਕਰਨੀ ਆ ਕਿਹੜੀ ਆਪਾਂ ਚੂਜ਼ ਕਰਦੀਆਂ ਕਿ ਪਲੇ ਕਰਦੇ ਆ ਬਾਅਦ ਵਿੱਚ ਸਪਟੰਬਰ ਰੀਟੇਲ ਸੇਲਸ ਡਾਟਾ ਆਉਣਾ ਜੀ ਟਿਊਜ਼ਡੇ ਨੂੰ ਮਾਰਨਿੰਗ ਦੇ ਵਿੱਚ ਉਹਨੂੰ ਥੋੜਾ ਜਿਆਦਾ ਤੁਸੀਂ ਧਿਆਨ ਦੇ ਨਾਲ ਵਾਚ ਕਰਨਾ ਰੀਟੇਲ ਸੇਲਸ ਡਾਟਾ ਮੈਨੂੰ ਲੱਗਦਾ ਕਿ ਐਕਸਪੈਕਟੇਸ਼ਨ ਤੋਂ ਥੋੜਾ ਜਿਆਦਾ ਸ਼ਾਇਦ ਵਧੀਆ ਸੇਲਸ ਕਿਉਂ ਰੀਜ਼ਨ ਉਹੀ ਆ ਕਿ ਫੈਸਟੀਵਲ ਸੀਜ਼ਨ ਆ ਜਿਹਦੇ ਕਰਕੇ ਜੌਬ ਰਿਪੋਰਟਸ ਥੋੜੀ ਜੀ ਆ ਰਹੀ ਆ ਜਿਆਦੀ ਸਟਰੋਂਗ ਲੋਕਾਂ ਨੂੰ ਜਿਆਦੀਆਂ ਜੌਬਾਂ ਮਿਲ ਰਹੀਆਂ ਨੇ ਉਹੀ ਕਾਰਨ ਇੱਕ ਰੀਟੇਲ ਸੇਲਸ ਦਾ ਵੀ ਹੋ ਸਕਦਾ ਹੈ ਕਿ ਥੋੜਾ ਜਿਹਾ ਇੱਕ ਔਨ ਕਰਕੇ ਫੈਸਟੀਵਲ ਸੀਜ਼ਨ ਤੇ ਇਹਦੇ ਵਿੱਚ ਵੀ ਥੋੜਾ ਜਿਹਾ ਵਾਧਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਸੋ ਉਹਦਾ ਵੀ ਆਪਾਂ ਟਿਊਜ਼ਡੇ ਮਾਰਨਿੰਗ ਦੇ ਵਿੱਚ ਦੇਖਾਂਗੇ ਕਿ ਮਾਰਕੀਟ ਦੇ ਉੱਪਰ ਥੋੜਾ ਬਹੁਤ ਇੰਪੈਕਟ ਹੁੰਦਾ ਤੇ ਜਾਂ ਨਹੀਂ ਬਟ ਐਂਡ ਆਫ ਦਾ ਡੇ ਤੁਹਾਨੂੰ ਪਤਾ ਕਿ ਜਿਹੜੀ ਕੋਈ ਵੀ ਨਿਊਜ਼ ਆਉਂਦੀ ਆ ਉਹਦਾ 10-15 ਮਿੰਟ ਹੀ ਅਸਰ ਹੋਣਾ ਬਾਅਦ ਦੇ ਵਿੱਚ ਮਾਰਕੀਟ ਨੇ ਕਿੱਥੋਂ ਚੱਲਣਾ ਆ ਆਪਣੇ ਏਰੀਆਸ ਤੋਂ ਹੀ ਨੈਕਸਟ ਕੀ ਆ ਯੂਐਸ ਹਾਊਸ ਵਿਦਾਊਟ ਸਪੀਕਰ ਸੋ ਇਹ ਨਹੀਂ ਕਿ ਯੂਐਸ ਦੇ ਵਿੱਚ ਕੋਈ ਘਰ ਸਪੀਕਰ ਤੋਂ ਬਿਨਾ ਆ ਸੋ ਮੈਂ ਜਦੋਂ ਲਿਖ ਰਿਹਾ ਸੀ ਮੇਰੇ ਦਿਮਾਗ 'ਚ ਆਇਆ ਕਿ ਸੈਂਟੈਂਸ ਦਾ ਮੀਨਿੰਗ ਕੀ ਬਣ ਰਿਹਾ ਕਿ ਯੂਐਸ ਦੇ ਵਿੱਚ ਕੋਈ ਘਰ ਆ ਜਿਹਦੇ ਵਿੱਚ ਸਪੀਕਰ ਨਹੀਂ ਹੈਗਾ ਸੋ ਇਦਾਂ ਨਹੀਂ ਆ ਸੋ ਯੂਐਸ ਦੇ ਵਿੱਚ ਜਿਹੜਾ ਹਾਊਸ ਆਫ ਰੈਪ੍ਰੈਜ਼ੈਂਟੇਟਿਵ ਆ ਜਿਹਦੇ ਵਿੱਚ ਬਿੱਲ ਵਗੈਰਾ ਪਾਸ ਹੁੰਦੇ ਨੇ ਸੋ ਉਹਦੇ ਵਿੱਚ ਉਹਨਾਂ ਦਾ ਕੋਈ ਸਪੀਕਰ ਨਹੀਂ ਹੈਗਾ ਜਿਹੜੇ ਜਿਹਦੇ ਥੋੜਾ ਜਿਆ ਹੁੰਦੇ ਜਿਹਦੇ ਕਰਕੇ ਬਿੱਲ ਪਾਸ ਹੁੰਦੇ ਉਹ ਸਾਰੀਆਂ ਚੀਜ਼ਾਂ ਜਿਹੜਾ ਉਹਨਾਂ ਨੂੰ ਪਾਸ ਕਰੇ ਸੋ ਉਹਦੀ ਵੋਟਿੰਗ ਹੋ ਰਹੀ ਸੀ ਤੇ ਕਿਸੇ ਵੀ ਇੱਕ ਪ ਉਹ ਨਹੀਂ ਜਿੱਤਿਆ ਸਾਰ ਪਬਲਿਕਾਂ ਦੇ ਵੀ ਜਿਹੜੇ ਅਸੀਂ ਆਪਸ ਦੇ ਵਿੱਚ ਡਿਵਾਈਡਡ ਹੀ ਸਾਰਿਆਂ ਕਰਕੇ ਸੋ ਇਹਦੇ ਕਰਕੇ ਮਾਰਕੀਟ ਤੇ ਕੀ ਅਸਰ ਹੋ ਸਕਦਾ ਥੋੜਾ ਜਿਹਾ ਆਪਾਂ ਇਹਦੇ ਬਾਰੇ ਕਿਉਂ ਡਿਸਕਸ਼ਨ ਕਰ ਰਹੇ ਆ ਅੱਜ ਸੋ ਲਾਸਟ ਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਤਾਂ 15 20 ਦਿਨ ਪਹਿਲਾਂ ਵੀ ਮਾਰਕੀਟ ਦੇ ਵਿੱਚ ਇਹੀ ਡਿਸਕਸ਼ਨ ਸੀ ਕਿ ਯੂ ਐਸ ਦੀ ਗਵਰਨਮੈਂਟ ਜਿਹੜੀ ਆ ਉਹਦੇ ਕੋਲ ਅਨਾਫ ਫੰਡਿੰਗ ਨਹੀਂ ਹੋਣੀ ਤੇ ਗਵਰਨਮੈਂਟ ਸ਼ਟਡਾਊਨ ਹੋ ਜਾਊਗੀ ਬਟ ਐਂਡ ਆਫ ਦਾ ਡੇ ਜਾ ਕੇ ਜਿਹੜੇ ਪਹਿਲੇ ਸਪੀਕਰ ਹੀ ਕੈਵਨ ਮਕਾਰਟੀ ਉਹਨਾਂ ਨੇ ਐਗਰੀ ਕਰ ਲਿਆ ਬਾਈਡਨ ਦੇ ਨਾਲ ਉਹ ਦੂਸਰੀ ਪਾਰਟੀ ਤੋਂ ਹੀ ਬਾਈਡਨ ਹੋਣਾ ਦੀ ਦੂਸਰੀ ਪਾਰਟੀ ਆ ਕਿ ਚਲੋ ਆ 45 ਦਿਨ ਮਾਰਕੀਟ ਹੋਰ ਚਲਾ ਦਿੰਨੇ ਆ ਬਾਅਦ ਵਿੱਚ ਕੀ ਕੀਤਾ ਕਿ ਜਿਹੜੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਉਹਨੂੰ ਬਾਹਰ ਕੱਢਤਾ ਕਹਿੰਦੇ ਕਿ ਨਹੀਂ ਤੁਸੀਂ ਇਹਦੇ ਨਾਲ ਇੱਕ ਤਰੀਕੇ ਨਾਲ ਸਮਝੌਤਾ ਕਰ ਲਿਆ ਜੇ ਆਪਾਂ ਸਿੰਪਲ ਜੀ ਗੱਲ ਕਹੀਏ ਕਿ ਤੁਸੀਂ ਸਾਨੂੰ ਰਿਪਰੈਜ਼ੈਂਟ ਨਹੀਂ ਕਰਨਾ ਸੋ ਨਵਾਂ ਸਪੀਕਰ ਭਾਲ ਰਹੇ ਆ ਜਿਹੜਾ ਉਹਨਾਂ ਨੂੰ ਰਿਪਰੈਜ਼ੈਂਟ ਕਰੇ ਤੇ ਬਾਟੋ ਮਿਲ ਨਹੀਂ ਰਿਹਾ ਸੋ VOTING process ਹੁੰਦਾ ਸਾਰਾ ਸੋ ਇਹਦੇ ਨਾਲ ਹੁਣ ਦੋ ਚੀਜ਼ਾਂ ਦੇ ਥੋੜਾ ਜਿਹਾ ਅਸਰ ਪੈਣਾ ਆ ਇੱਕ ਤੇ ਕੀ ਆ ਕਿ ਜਿਹੜੀ US ਦੀ ਫੰਡਿੰਗ ਆ ਫੇਅਰ ਨਿਊਜ਼ ਦੀ ਹੋਣੀ ਸ਼ੁਰੂ ਹੋ ਜਾਣੀ ਅਗਲੇ 15 ਕਿ ਦਿਨਾਂ ਨੂੰ ਫੇਰ ਮਾਰਕੀਟ ਦੇ ਵਿੱਚ ਕਿ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਆ ਪੈਸੇ ਨਹੀਂ ਹੈਗੇ ਗਵਰਨਮੈਂਟ ਤੋਂ ਆ ਸਾਰੀਆਂ ਚੀਜ਼ਾਂ ਹੋਣਗੀਆਂ ਉਹਦੇ ਨਾਲ ਫੇਰ ਮਾਰਕੀਟ ਦੇ ਉੱਪਰ ਉਹੀ ਇੰਪੈਕਟ ਹੋਣਾ ਜਿਹੜਾ ਅੱਜ ਤੋਂ 20-25 ਦਿਨ ਪਹਿਲਾਂ ਸੀ ਜਾਨੀ ਕਿ ਥੋੜਾ ਜਿਹਾ ਨੈਗੇਟਿਵ ਇੰਪੈਕਟ ਆਪਾਂ ਨੂੰ ਫੇਰ ਦੇਖਣ ਨੂੰ ਮਿਲ ਸਕਦਾ ਦੂਸਰਾ ਕੀ ਆ ਕਿ ਹੁਣ ਉਹ ਫੰਡਿੰਗ ਨਹੀਂ ਹੈਗੀ ਜਿਹੜੀ ਯੂਕਰੇਨ ਨੂੰ ਦੇ ਸਕਣ ਜਾਂ ਇਜ਼ਰਾਇਲ ਦੇ ਵਿੱਚ ਲੜਾਈ ਲੱਗੀ ਆ ਕਿਉਂਕਿ ਉਹ ਅਪਰੂਵ ਨਹੀਂ ਕਰ ਸਕਦੇ ਪੈਸਾ ਦੇਣਾ ਤੇ ਉਹ ਬਿੱਲ ਪਾਸ ਨਹੀਂ ਹੋ ਰਿਹਾ ਜਿਹਦੇ ਕਰਕੇ ਉਹਦਾ ਵੀ ਥੋੜਾ ਜਿਹਾ ਸ਼ਾਇਦ ਇੰਪੈਕਟ ਪਵੇ ਡਾਇਰੈਕਟਲੀ ਤੇ ਨਹੀਂ ਪੈਣਾ ਕਿਉਂਕਿ ਲ ਥੋੜਾ ਬਹੁਤ ਅਸਰ ਹੋਵੇ ਬਟ ਮੇਨ ਜਿਹੜੀ ਗੱਲਬਾਤ ਤੁਹਾਨੂੰ ਅਗਲੇ 15 ਕਿ ਦਿਨਾਂ ਨੂੰ ਫੇਰ ਸੁਣਨੀ ਸ਼ੁਰੂ ਹੋਊਗੀ ਇਹ ਹੀ ਕਿ ਫੰਡਿੰਗ ਜਿਹੜੀ ਨਹੀਂ ਹੈਗੀ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਆ ਜਿਹੜੀ ਆ ਗਵਰਨਮੈਂਟ ਏਪਲੋਈ ਉਹਨਾਂ ਨੂੰ ਪੇ ਨਹੀਂ ਮਿਲਨੀ ਲੋਕਾਂ ਨੂੰ ਜਿਹੜੇ ਬਜ਼ੁਰਗਾ ਜਿਹੜੇ 올ਡ ਏਜ ਨੇ ਉਹਨਾਂ ਦੀਆਂ ਪੈਨਸ਼ਨਾਂ ਵਗੈਰਾ ਜਿਹੜੀ ਵੀ ਆਪਣਾ ਹੁੰਦੀ ਆ ਜਾਂ ਇੱਥੇ ਮੈਡੀਕਲ ਆ ਉਹ ਸਾਰਾ ਜਿਹੜਾ ਬੰਦ ਹੋ ਸਕਦਾ ਸੋ ਦੇ ਕਰਕੇ ਸਟਾਕ ਮਾਰਕੀਟ ਦੇ ਵਿੱਚ ਥੋੜੀ ਬਹੁਤ ਹੀ ਜਿਹੜੀ ਆ ਫੇਰ ਇੱਕ 네ਗੇਟਿਵ ਜਿਹਾ ਇੰਪੈਕਟ ਦੇਖਣ ਨੂੰ ਮਿਲ ਸਕਦਾ ਕਿਉਂ ਮੈਂ ਦੱਸ ਰਿਹਾ ਇਹਦਾ ਕਾਰਨ ਕਿ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਮਾਰਕੀਟ ਥੋੜਾ ਰਿਕਵਰ ਕਰਨੀ ਹੈ ਜੇ ਇੱਕ ਇਹਦੇ ਕਾਰਨ ਕਰਕੇ ਸ਼ਾਇਦ ਹੋਰ ਆਪਾਂ ਨੂੰ ਡ੍ਰੌਪ ਆਉਣ ਵਾਲੇ 20-25 ਦਿਨਾਂ ਮਹੀਨੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਸੋ ਉਹਦੇ ਲਈ ਥੋੜਾ ਜਿਹਾ ਤੁਸੀਂ ਪ੍ਰਿਪੇਅਰ ਰਹਿਣਾ ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ ਨੈਕਸਟ ਜਿਹੜੇ ਸਟਾਕ ਅੱਜ ਆਪਾਂ ਗੱਲਬਾਤ ਕਰਾਂਗੇ Airbnb ਸੋ ਕਾਫੀ ਇੱਕ ਸੋਲਿਡ ਏਰੀਆ ਤੇ ਆ ਰਿਹਾ ਜਿੱਥੋਂ ਆਪਾਂ ਲਾਸਟ ਟਾਈਮ ਟ੍ਰੇਡ ਲਈ ਸੀ ਸਵਿੰਗ ਕੀਤਾ ਸੀ ਤੇ ਬਹੁਤ ਵਧੀਆ ਪ੍ਰੋਫਿਟ ਬਣਿਆ ਸੀ ਸਪਾਈ ਦੀ ਗੱਲਬਾਤ ਕਰਾਂਗੇ QQ ਦੀ ਜੇ ਆਪਾਂ ਕਹਿ ਦਈਏ Shopify ਦਾ ਸਟਾਕ ਆ आर्म स्टॉक ਆ बी आई आर के सो ਇਹਨੂੰ ਥੋੜਾ ਜਿਹਾ ਮੈਂ ਕਿਉਂ ਟੱਚ ਕਰ ਰਿਹਾ ਤੁਹਾਨੂੰ ਦੱਸੂਗਾ ਜਾ ਕੇ बी आई आर के स्टॉक ਨੂੰ ਜਾਂ ਆਰਮ ਨੂੰ ਤੇ ਸਪੋਟੀਫਾਈ ਦਾ স্টক ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਕੀ ਜੇ ਕੋਈ ਤੁਹਾਡਾ স্টক ਆ ਗੇਨ ਚੈਟ ਦੇ ਵਿੱਚ ਜਰੂਰ ਦੱਸ ਦਿਓ ਸੋ ਅਰਨਿੰਗਸ ਪਲਾਨ ਕੀ ਆ ਜੀ ਸੋ ਅਰਨਿੰਗ ਪਲਾਨ ਇਹੀ ਆ ਕਿ ਆ ਵਾਲਾ ਇਟ ਇਜ਼ ਨਾਟ ਫॉर एवरीवन ਸੋ ਜਿਹੜੀਆਂ ਅਰਨਿੰਗਸ ਨੇ ਉਹ ਹਰ ਇੱਕ ਬੰਦੇ ਲਈ ਨਹੀਂ ਆ ਹਰ ਇੱਕ ਬੰਦੇ ਨੇ ਇਹ ਨਹੀਂ ਸੋਚਣਾ ਕਿ ਮੈਂ ਅਰਨਿੰਗਸ ਪਲੇ ਕਰਾਂ ਸੋ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਬਹੁਤ ਸਾਰੇ ਵੀਰ ਜਿਹੜੇ ਨਵੇਂ ਆਉਂਦੇ ਨੇ ਟਰੇਡਿੰਗ ਦੇ ਵਿੱਚ ਉਹ ਸੁਣਦੇ ਆ ਕਿ ਅਰਨਿੰਗ ਸੀਜ਼ਨ ਆ ਰਿਹਾ ਸੋ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਜਿਹੜਾ ਇੱਕ ਰਿਪਲ ਇਫੈਕਟ ਹੁੰਦਾ ਜਾਂ ਇੱਕ এনवायरमेंट ਦਾ ਇਫੈਕਟ ਆ ਕਿ ਸਾਰੇ ਅਰਨਿੰਗ ਆ ਪਲੇ ਕਰ ਰਹੇ ਆ ਗਰੁੱਪਾਂ ਦੇ ਵਿੱਚ ਵੀ ਇਹੀ ਬੈਣਾ ਜੀ ਮੈਂ ਆ ਅਰਨਿੰਗ ਪਲੇ ਕਰ ਲਈ ਇੰਨੇ ਪੈਸੇ ਬਣਾ ਲਏ ਇੰਨੇ ਪੈਸੇ ਬਣਾ ਲਏ ਘਾਟੇ ਵਾਲੀ ਕੋਈ ਨਹੀਂ ਸ਼ੇਅਰ ਕਰਦਾ ਹੁੰਦਾ ਪ੍ਰੋਫਿਟ ਹੀ ਸਾਰੇ ਸ਼ੇਅਰ ਕਰਦੇ ਹੁੰਦੇ ਆ ਕਿ ਮੈਂ ਇੰਨੇ ਪੈਸੇ ਬਣਾ ਲਏ ਇੰਨੇ ਬਣਾ ਲਏ ਤੇ ਜਿਹੜੇ ਨਵੇਂ ਆ ਉਹਨਾਂ ਨੂੰ ਲੱਗਣਾ ਕਿ ਸ਼ਾਇਦ ਮੈਂ ਪਿੱਛੇ ਰਹਿ ਗਿਆ ਸ ਇਹਰ ਲੋਕੀ ਦੇ ਪੈਸੇ ਬਣਾਈ ਜਾਂਦੇ ਅਰਨਿੰਗ 'ਚ ਮੈਂ ਕੋਈ ਪਲੇ ਨਹੀਂ ਕੀਤੀ ਤੇ ਤੁਹਾਨੂੰ ਕਾਹਲ ਪਾਣੀ ਸ਼ੁਰੂ ਹੋਣੀ ਆ ਨਵੇਂਆਂ ਨੂੰ ਕਿ ਮੈਨੂੰ ਦੱਸੋ ਭਾਜੀ ਮੈਂ ਕਿਹਦੇ ਵਿੱਚ ਐਂਟਰ ਹੋਵਾਂ ਸੋ ਅਰਨਿੰਗ ਇਜ਼ ਨਾਟ ਫਾਰ एवरीवन ਜਿਹੜੇ ਨਵੇਂ ਆ ট্রেਡਿੰਗ ਦੇ ਵਿੱਚ ਬਹੁਤ ਸਮਾਲ ਅਕਾਊਂਟ ਆ ਅਜੇ ਤੁਹਾਡਾ ਅਕਾਊਂਟ ਡਬਲ ਟ੍ਰਿਪਲ ਨਹੀਂ ਹੋਇਆ ਉਹ ਵਰਨਿੰਗ ਤੋਂ ਦੂਰ ਰਹਿਣ ਖਾਸ ਕਰਕੇ ਜੇ ਆਪਸ਼ਨਾਂ ਦੇ ਵਿੱਚ ਕਰ ਰਹੇ ਆਂ ਦਾ ਕਿਉਂਕਿ ਆਪਸ਼ਨਾਂ ਦੇ ਵਿੱਚ ਅਰਨਿੰਗ ਦੇ ਵਿੱਚ ਜੇ ਤੁਹਾਡੇ ਅਗੇਂਸਟ ਚੱਲ ਜਾਂਦੀ ਆ ਤਾਂ ਜ਼ੀਰੋ ਹੋ ਜਾਂਦਾ ਸਾਰਾ ਕੁਝ ਸਟਾਕ 'ਚ ਕਰਨੀਆਂ ਥੋੜੀ ਬਹੁਤੀ ਕਰ ਸਕਦੇ ਆਂ ਹੁਣ ਸੈਕੰਡ ਚੀਜ਼ ਕੀ ਹੈ ਕਿ ਜੇ ਤੁਸੀਂ ਮੈਨੂੰ ਪੁੱਛੋਗੇ ਭਾਜੀ ਟੈਸਲਾ ਦੀ ਅਰਨਿੰਗ ਆ ਕਿਧਰ ਨੂੰ ਜਾਣੀ ਆ ਆਈ ਡੋਨਟ ਨੋ ਆਨਸਰ ਇਜ਼ ਨੋਬਾਡੀ ਨੋਜ਼ ਕਿਸੇ ਨੂੰ ਵੀ ਨਹੀਂ ਪਤਾ ਠੀਕ ਹੈ ਤੁੱਕਾ ਲਾ ਸਕਦੇ ਆ ਕਿਉਂਕਿ ਸਟਾਕ ਦੀ ਦੋ ਹੀ ਡਾਇਰੈਕਸ਼ਨਾਂ ਹੁੰਦੀਆਂ ਅਰਨਿੰਗ ਤੋਂ ਬਾਅਦ ਜਾਂ ਤੇ ਉੱਪਰ ਚੱਲ ਜੂ ਜਾਂ ਥੱਲੇ ਚੱਲ ਜੂ ਹੁਣ ਮੈਂ ਕਹ ਦੂੰਗਾ ਉੱਪਰ ਚੱਲ ਜੂਗਾ ਉੱਪਰ ਚੱਲ ਗਈ ਤੁਸੀਂ ਕਹਿਣਾ ਭਾਜੀ ਨੂੰ ਬਹੁਤ ਪਤਾ ਸੀ ਤੇ ਥੱਲੇ ਚੱਲ ਗਈ ਤੁਸੀਂ ਕਹਿਣਾ ਭਾਜੀ ਸਾਡਾ ਨੁਕਸਾਨ ਕਰਾਤਾ ਸੋ ਇਹ ਹੈ ਕਿ ਅਰਨਿੰਗ ਜਿਹੜੀ ਆ ਆਲਵੇਜ਼ 50 50 ਹੁੰਦੀ ਆ ਆਪਾਂ ਕਹਿ ਸਕਦੇ ਹਾਂ ਕਿ ਟੋਟਲੀ ਗੈਂਬਲਾ ਰੀਅਲਿਸਟਿਕਲੀ ਜੇ ਆਪਾਂ ਕਹਿਣਾ ਹੋਵੇ ਕੋਈ ਉਹਦੇ ਵਿੱਚ ਏਰੀਆ ਕੰਮ ਨਹੀਂ ਕਰਦਾ ਕਿਉਂਕਿ ਉਦਾਂ ਤੇ ਆਪਾਂ ਡੇ ਟ੍ਰੇਡ ਕਰ ਰਹੇ ਹਾਂ ਏਰੀਆ ਤੋਂ ਆਪਾਂ ਟ੍ਰੇਡ ਲੈ ਲਾਂਗੇ ਉਹਦੇ ਵਿੱਚ ਕੋਈ ਏਰੀਆ ਵੀ ਕੰਮ ਨਹੀਂ ਕਰਨਾ ਸੋ ਇਸ ਕਰਕੇ ਕੀ ਆ ਤੁਸੀਂ ਜਿਹੜੇ ਨਵੇਂ ਆ ਉਹਨਾਂ ਅਰਨਿੰਗ ਤੋਂ ਦੂਰ ਰਹਿਣਾ ਹਾਂ ਜਿਹੜੇ ਪੁਰਾਣੇ ਆ ਜਿਨ੍ਹਾਂ ਦੇ ਅਕਾਊਂਟ ਡਬਲ ਟ੍ਰਿਪਲ ਹੋਏ ਆ ਅਰਨਿੰਗ ਕਰਨਾ ਚਾਹੁੰਦੇ ਆ ਬਹੁਤ ਸਾਰੇ ਮੈਂ ਪੁਰਾਣੇ ਬੰਦਿਆਂ ਨੂੰ ਵੀ ਜਾਣਦਾ ਜਿਹੜੇ ਵਧੀਆ ਆਪਣੇ ਨਾਲ ਪ੍ਰੋਫਿਟ ਬਣਾ ਰਹੇ ਆ ਉਹਨਾਂ ਨੇ ਅਕਾਊਂਟ ਆਪਣੇ 10 15 20 ਗੁਣਾ ਕਰ ਲਏ 5000 ਤੋਂ ਸ਼ੁਰੂ ਉਹ ਵੀ ਕਹਿੰਦੇ ਆ ਭਾਜੀ ਆਪਾਂ ਅਰਨਿੰਗ ਨਹੀਂ ਕਰਨੀ ਕਿਉਂਕਿ ਉਹਨਾਂ ਇੱਕ ਦੋ ਵਾਰੀ ਕੀਤੀਆਂ ਤਿੰਨ ਵਾਰੀ ਉਹ ਦੋ ਕੁ ਸਹੀ ਹੋ ਜਾਂਦੀਆਂ ਦੋ ਕੁ ਗਲਤ ਹੋ ਜਾਂਦੀਆਂ ਕੰਮ ਉੱਥੇ ਹੀ ਆ ਜਾਂਦਾ ਉਹ ਹੁਣ ਅਰਨਿੰਗਾਂ ਕਰਨੀਆਂ ਛੱਡ ਗਏ ਮੋਸਟਲੀ ਸੋ ਅਰਨਿੰਗ ਇਜ਼ ਨਾਟ ਸਮਥਿੰਗ ਕਿ ਜਿਹੜੀ ਤੁਹਾਨੂੰ ਬਹੁਤ ਜ਼ਰੂਰੀ ਆ ਕਰਨੀ ਇਟ ਇਜ਼ ਯੂਅਰ ਚੋਇਸ ਆਪਸ਼ਨਲ ਆ ਆਪਾਂ ਵੀ ਦੋ ਤਿੰਨ ਅਰਨਿੰਗਾਂ ਕਰਾਂਗੇ ਚਾਰ ਕਰਾਂਗੇ ਜਿਆਦੀਆਂ ਅਰਨਿੰਗਸ ਨਹੀਂ ਪਲੇ ਕਰਨੀਆਂ ਹੁਣ ਜਿਨ੍ਹਾਂ ਨੇ ਪਲੇ ਕਰਨੀ ਆਰਨਿੰਗ ਉਹਨਾਂ ਦੇ ਲਈ ਗੇਮ ਪਲਾਨ ਕੀ ਆ ਪਿਕ ਯੂਅਰ ਸਟਾਕਸ ਹੁਣ ਤੁਹਾਨੂੰ ਸਟਾਕ ਪਤਾ ਹੋਣਾ ਚਾਹੀਦਾ ਕਿ ਕਿਹੜੇ ਪਲੇ ਕਰਨੇ ਇਹ ਨਹੀਂ ਆ ਕਿ ਜਿਹੜਾ ਨਾਮ ਸੁਣਿਆ ਬਸ ਸੋਚੀ ਚੱਕ ਕੇ ਲਾਤੇ ਪਏ ਹੈ ਜਿਹਦਾ ਨਾਮ ਸੁਣਿਆ ਉਹਦੇ ਚ ਚੱਕ ਕੇ ਲਾਤੇ ਪਏ ਇਦਾਂ ਕਦੀ ਵੀ ਨਹੀਂ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਟਾਕ ਕਿਹੜੇ ਨੇ ਬਿਗ ਮੂਵਰਸ ਨੇ ਤੇ ਉਹਨਾਂ ਨੂੰ ਹੀ ਆਪਾਂ ਪਲੇ ਕਰਨਾ ਹੁਣ ਇਹਨੂੰ ਦੇਖਦੇ ਹੋਈ ਨੈਕਸਟ ਵੀਕ ਦੇ ਵਿੱਚ ਜਿਹੜੀਆਂ ਦੋ ਅਰਨਿੰਗਸ ਆ ਰਹੀਆਂ ਜੀ ਟੈਸਲਾ ਤੇ ਨੈਟਫਲਿਕਸ ਇਹਨਾਂ ਦੋ ਵਿੱਚ ਬਿਗ ਮੂਵਰ ਕਿਹੜਾ ਆ ਓਬਵੀਅਸਲੀ ਨੈਟਫਲਿਕਸ ਸੋ ਉਹਦੀ ਅਰਨਿੰਗ ਜਿਹੜੀ ਆ 50k ਡਾਲਰ ਮੂਵ ਕਰ ਦਿੰਦੀ ਆ ਟੈਸਲਾ ਕੀ ਆ ਕਿ ਅਰਨਿੰਗ ਤੋਂ ਪਹਿਲਾਂ ਹੀ ਹੋ ਸਕਦਾ ਡਿੱਗ ਜੇ ਉਹਦਾ ਪ੍ਰਾਈਸ ਵਧਾ ਦਿੰਦੇ ਗੱਡੀਆਂ ਦਾ ਘਟਾ ਦਿੰਦੇ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੋਕ ਵੀਕ ਦੱਸਿਆ ਸੀ ਕਿ ਟੈਸਲਾ ਹੁਣ ਇੱਕ ਸਟੇਜ ਦੇ ਵਿੱਚ ਐਸੀ ਸਟੇਜ ਦੇ ਵਿੱਚ ਸਟਾਕ ਆ ਕਿ ਜਿੰਨੋਂ ਜੇ ਤੁਸੀਂ ਸਵਿੰਗ ਕਰਨਾ ਹੋਵੇ ਤੇ ਬਹੁਤ ਮੁਸ਼ਕਲ ਆ ਟਫ ਆ ਕੌਨਫੀਡੈਂਸ ਦੇ ਨਾਲ ਸਵਿੰਗ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਵੀਕ ਦੇ ਵਿੱਚ ਤੇ ਦੋ ਵਾਰ ਹੀ ਗੱਡੀਆਂ ਦੇ ਪ੍ਰਾਈਸ ਹੀ ਵਧਾ ਘਟਾ ਦਿੰਦੇ ਆ ਸੋ ਇਹਨਾਂ ਆਪਣਾ ਕਰਿਆਨੇ ਦੀ ਦੁਕਾਨ ਵਾਲਾ ਟਾਫੀਆਂ ਦਾ ਟਾਈਪ ਪ੍ਰਾਈਸ ਨਹੀਂ ਵਧਾਉਂਦਾ ਘਟਾਉਂਦਾ ਜਾਂ ਖੰਡ ਪੱਤੀ ਦਾ ਨਹੀਂ ਵਧਦਾ ਜਿਨਾਂ ਇਹ ਗੱਡੀਆਂ ਦਾ ਵਧਾਈ ਜਾਂਦੇ ਆ ਸੋ ਇਸ ਕਰਕੇ ਤੁਸੀਂ ਉਤੋਂ ਬਚ ਟੈਸਲਾ ਦੀ ਅਰਨਿੰਗ ਤਾਂ ਹਾਂ ਫਿਰ ਵੀ ਜੇ ਕਰਨੀ ਆ ਕਰੋ ਬਟ ਬਿਗ ਮੂਵਰ ਜਿਹੜਾ ਆ ਨੈਕਸਟ ਵੀਕ ਦੇ ਵਿੱਚ ਨੈਟਫਲਿਕਸ ਆ ਜਿਹਨੂੰ ਆਪਾਂ ਦੇਖ ਸਕਦੇ ਆ ਕਿਹੜੀ ਸਾਈਡ ਨੂੰ ਅਗੇਨ ਨੋ ਬਡੀ ਨੋਜ਼ ਉੱਪਰ ਨੂੰ ਪਲੇ ਕਰਨਾ ਉੱਪਰ ਨੂੰ ਕਰ ਲੋ ਥੱਲੇ ਨੂੰ ਪਲੇ ਕਰਨਾ ਥੱਲੇ ਨੂੰ ਕਰ ਲੋ ਬਟ ਲਾਸਟ ਦੋ ਕਵਰੀ ਉਹ ਅਰਨਿੰਗ ਆਉਣ ਤੋਂ ਬਾਅਦ 40-50 ਡਾਲਰ ਥੱਲੇ ਡਿੱਗਾ ਆ ਸੋ ਇਸ ਲਈ ਸ਼ਾਇਦ ਉਸੇ ਡਾਇਰੈਕਸ਼ਨ ਦੇ ਵਿੱਚ ਚੱਲ ਜੇ ਜਿਹਦਨ ਨੂੰ ਜ਼ਿਆਦਾ ਥੋੜਾ ਜਿਹਾ ਝੁਕਾ ਲੋਕਾਂ ਦਾ ਹੋ ਸਕਦਾ ਆ ਨੈਕਸਟ ਆ ਫਾਈਨਲਾਈਜ਼ ਯੂਅਰ ਕੈਪੀਟਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਪੈਸਾ ਮੈਂ ਅਰਨਿੰਗਸ ਦੇ ਵਿੱਚ ਇਹ ਨਹੀਂ ਕਿ ਅਰਨਿੰਗ ਜਗਾਟਾ ਪਾਇਆ ਗਿਆ ਦੂਜੀ ਚ ਫੇਰ ਆਗੇ ਦੂਜੀ ਚ ਘਾਟਾ ਪਾਇਆ ਗਿਆ ਫੇਰ ਤੀਜੀ ਚ ਆ ਗਏ ਤੇ ਤੁਸੀਂ ਆਪਣਾ ਪੋਰਟਫੋਲੀਓ ਜਾਂ ਜਿਹੜਾ ਤੁਹਾਡਾ ਅਕਾਊਂਟ ਆ ਜਿੰਨਾ ਵੀ ਉਹ ਸਾਰਾ ਅਰਨਿੰਗ ਦੇ ਵਿੱਚ ਹੀ ਚੱਕ ਦੋ ਇਦਾਂ ਨਹੀਂ ਕਰਨਾ ਪਹਿਲਾਂ ਹੀ ਫਾਈਨਲਾਈਜ਼ ਕਰ ਲਓ ਕਿ ਹਾਂ ਮੈਂ ਇਹ ਚੱਕ ਲਓ ਜੀ 2000 ਡਾਲਰ ਅਰਨਿੰਗਾਂ ਦੇ ਲਈ ਰੱਖਿਆ ਪਹਿਲੇ ਜੇ ਮੈਂ Netflix ਤੇ ਅਰਨਿੰਗ ਪਲੇ ਕਰਨੀ ਹੈ ਚ 500 ਪਾਉਂਗਾ ਠੀਕ ਹੈ ਜੇ 500 ਦਾ ਮੇਰਾ 1000 ਬਣ ਗਿਆ ਜਾਂ 600 ਬਣ ਗਿਆ 700 ਬਣ ਗਿਆ ਤੇ ਇਹਦਾ ਮਤਲਬ ਵੀ ਅਜੇ ਵੀ ਤੁਹਾਡੇ ਕੋਲ 2000 ਡਾਲਰ ਪਿਆ ਆ ਤੁਸੀਂ ਪਲੇ ਕਰ ਸਕਦੇ ਹੋ ਬਟ ਜੇ ਉਹ 500 ਉੱ 1500 ਹੀ ਰਹਿ ਗਿਆ ਬਾਕੀ ਅਰਨਿੰਗ ਪਲੇ ਕਰਨ ਦੇ ਲਈ ਸੋ ਇੱਕ ਅਮਾਉਂਟ ਤੁਹਾਡੀ ਡਿਸਾਈਡ ਕੀਤੀ ਹੋਣੀ ਚਾਹੀਦੀ ਹੈ ਕਿ ਜਿਹੜੀ ਮੈਂ ਜਿੰਨਾਂ ਦੇ ਨਾਲ ਅਰਨਿੰਗਾਂ ਪਲੇ ਕਰਨੀਆਂ ਜਿੱਦਨ ਉਹ ਜ਼ੀਰੋ ਹੋਗੇ ਉਸ ਦਿਨ ਬੱਸ ਡਨ ਉਸ ਤੋਂ ਬਾਅਦ ਹੋਰ ਕੋਈ ਅਰਨਿੰਗ ਪਲੇ ਨਹੀਂ ਕਰਨੀ ਤੇ ਕੋਈ ਥੋੜੇ ਜਿਹਾ ਸਟਾਕ ਪਿਕ ਕਰੋ ਜਿੰਨਾਂ ਦੇ ਵਿੱਚ ਅਰਨਿੰਗ ਪਲੇ ਕਰਨੀ ਜਿਹੜੇ ਕਿ ਬਿਗ ਮੂਵਰਸ ਹੋਣ ਸੋ ਜਿਹੜਾ ਐਵਰੀ ਵੀਕ ਬਿਗ ਮੂਵਰ ਮੈਨੂੰ ਲੱਗਾ ਮੈਂ ਤੁਹਾਡੇ ਨਾਲ ਮਾਰਕੀਟ ਪ੍ਰੀਵਿਊ ਦੇ ਵਿੱਚ ਸ਼ੇਅਰ ਕਰੀ ਜਾਊਂਗਾ ਜਿੱਦਾਂ ਹੁਣ ਆਪਾਂ netflix ਦੀ ਗੱਲ ਕਰ ਰਹੇ ਹਾਂ ਸੋ ਆਰਨਿੰਗਸ ਨੇ ਬਹੁਤ ਜ਼ਿਆਦੀਆਂ ਨੇ ਯੂਨਾਈਟਿਡ 에ਅਰਲਾਈਨ ਦੀ ਬ ਅਮਰੀਕਾ ਦੀ ਗੋਲਡਮੈਨ ਸੱਚ ਦੀ ਜான்ਸਨ ਜਰਨਸਨ ਦੀ ਅਰਨਿੰਗ ਆਣੀ ਆ ਐਸ ਐਮ ਐਲ ਦੀ ਬਹੁਤ ਵੱਡਾ ਸਟਾਕ ਆ ਬਿਗ ਮੂਵਰ ਹੋ ਸਕਦਾ ਆ ਤੇ ਮੋਰਗਨ ਸਟੈਂਲੇ ਦੀ ਅਰਨਿੰਗ ਆ ਟੈਸਲਾ ਨੈਟਫਲਿਕਸ ਸਟਾਕ ਜੇ ਕਰਨੇ ਆ ਤਾਂ ਬਹੁਤ ਸਾਰਿਆਂ ਨੇ ਜਿਹੜੀਆਂ ਕਰ ਸਕਦੇ ਹੋ ਕਿਉਂਕਿ ਸਟਾਕ ਦੇ ਵਿੱਚ ਤੁਸੀਂ ਆਫਟਰ ਮਾਰਕੀਟ ਟ੍ਰੇਡ ਚੋਂ ਐਗਜ਼ਿਟ ਕਰ ਜਾਂਦੇ ਆ ਬਟ ਆਪਸ਼ਨ ਦੇ ਵਿੱਚ ਉਹ ਉਹ ਤੁਹਾਡੇ ਕੋਲ ਚੋਇਸ ਨਹੀਂ ਹੁੰਦੀ ਤੇ ਨੈਕਸਟ ਡੇ ਕਈ ਵਾਰੀ ਉਹ ਤੁਹਾਡੇ ਅਗੇਂਸਟ ਜਾ ਕੇ ਜ਼ੀਰੋ ਕਰ ਦਿੰਦਾ ਸੋ ਨੈਟਫਲਿਕਸ ਆ ਠੀਕ ਆ ਜੀ ਸੋ ਬਾਅਦ ਦੇ ਵਿੱਚ ਜੇ ਆਪਾਂ ਦੇਖੀਏ ਇੱਥੇ ATNT ਦੀ ਅਰਨਿੰਗ ਹੈਗੀ ਆ ਤਾਈਵਾਨ ਸੈਮੀਕੰਡਕਟਰ ਦੀ ਅਮਰੀਕਨ 에ਅਰਲਾਈਨ ਦੀ ਸੋ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਵਧੀਆ ਦੀ ਅਰਨਿੰਗ ਹੈਗੀ ਅਮਰੀਕਨ ਐਕਸਪ੍ਰੈਸ ਦੀ ਹੈਗੀ ਆ ਮੂਵ ਕਰ ਸਕਦੀ ਆ ਥੋੜੀ ਜੀ ਵੜ ਜੇ ਆਪਸ਼ਨਾਂ ਹੋਣ ਤਾਂ ਆਪਸ਼ਨ ਆਈ ਵੁੱਡ ਪਿਕ 1 दैट ਇਜ਼ ਨੈਟਫਲਿਕਸ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਆਪਣੇ ਨਾਲ ਲਾਈਵ ট্রেਡਿੰਗ ਲਈ ਸਬਸਕ੍ਰਾਈਬ ਕਰਨਾ ਤੇ ਅੱਜ ਰਾਤ ਤੱਕ ਕੋਡ ਹੈਗਾ ਜਿਹੜਾ ਯੂਜ਼ ਕਰ ਸਕਦੇ ਹੋ ਫਾਰ 10% ਡਿਸਕਾਊਂਟ दैट ਇਜ਼ ਮਾਰਕੀਟ 10 ਤੇ ਉਹਦੇ ਲਈ ਤੁਸੀਂ ਸਬਸਕ੍ਰਾਈਬ ਕਿੱਥੇ ਕਰਨਾ stocktalkforyou.com ਤੇ ਜਾ ਕੇ ਜੇ ਕਿਸੇ ਨੇ ਕਰਨਾ ਤਾਂ ਸੋ ਨਾ ਆਪਾਂ ਥੋੜੀ ਜੀ ਚਾਰਟਸ ਬਾਰੇ ਗੱਲਬਾਤ ਕਰਦੇ ਆ ਸੋ ਟੈਸਲਾ ਦਾ ਸਟਾਕ ਇੱਕ ਏਰੀਆ ਤੇ ਜਰੂਰ ਆਇਆ ਕੀ ਜਿਹੜਾ ਏਰੀਆ ਵਾ ਜਿੰਨੂੰ ਉਹ ਕਾਫੀ ਫਾਲੋ ਕਰਦਾ ਪਾਸਟ ਦੇ ਵਿੱਚ ਜੇ ਆਪਾਂ ਦੇਖੀਏ ਇੱਥੇ 50 ਡੇ ਮੂਵਿੰਗ ਐਵਰੇਜ ਨੂੰ ਟੱਚ ਕਰਕੇ ਉੱਪਰ ਗਿਆ ਸੀ ਠੀਕ ਹੈ ਸੋ ਇੱਥੇ ਪਾਸਟ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਲਾਸਟ ਵੀਕ ਦੀ ਜੇ ਆਪਾਂ ਗੱਲ ਕਰੀਏ 50 ਡੇ ਮੂਵਿੰਗ ਐਵਰੇਜ ਨੂੰ ਟੱਚ ਕੀਤਾ ਤੇ ਉੱਪਰ ਗਿਆ ਹੁਣ ਫੇਰ 50 ਡੇ ਮੂਵਿੰਗ ਐਵਰੇਜ ਤੇ ਖੜਿਆ ਹੋਇਆ ਜਿਹੜੀ ਕਿ ਹੈਗੀ ਆ 250 ਡਾਲਰ ਤੇ 25 ਸੈਂਟ ਕੱਲ ਆਪਾਂ ਇਹ ਦੇਖਣਾ ਕਿ ਕੀ ਕੀ ਇਹ ਤੋਂ ਉੱਪਰ ਰਹਿੰਦਾ ਜੇ ਉੱਪਰ ਰਹਿੰਦਾ ਹੈ ਮਾਰਕੀਟ ਉੱਪਰ ਜਾਂਦੀ ਹੈ ਹੁਣ ਜੇ ਆਪਾਂ ਫਿਊਚਰ ਦੀ ਗੱਲ ਕਰੀਏ ਜਿਹੜਾ ਕਿ ਮਾਰਕੀਟ ਫਿਊਚਰ ਦੇ ਵਿੱਚ ਓਪਨ ਹੋਈ ਆ ਉਹਦੇ ਵਿੱਚ ਆਲਰੇਡੀ ਮਾਰਕੀਟ ਥੋੜੇ ਜਿਹਾ ਗੈਪ ਅਪ ਦੇ ਨਾਲ ਤੇ ਉੱਪਰ ਨੂੰ ਜਾ ਰਹੀ ਆ ਬਟ ਮਾਰਨਿੰਗ ਦੇ ਵਿੱਚ ਸਿਚੁਏਸ਼ਨ ਚੇਂਜ ਹੋ ਸਕਦੀ ਆ ਪ੍ਰੀ ਮਾਰਕੀਟ ਦੇ ਵਿੱਚ ਕਿਉਂਕਿ ਜੋ ਹੁਣ ਹੋ ਰਿਹਾ ਇਨੀ ਕਿ ਇਦਾਂ ਹੀ ਰਹਿਣਾ ਆ ਹੋ ਸਕਦਾ ਕੋਈ ਓਵਰਨਾਈਟ ਚਾਈਨਾ 'ਚ ਕੋਈ ਨਿਊਜ਼ ਆਵੇ ਜਿਸ ਨਾਲ ਮਾਰਕੀਟ ਦੇ ਉੱਪਰ 네ਗੇਟਿਵ ਇਮਪੈਕਟ ਪਵੇ ਥੱਲੇ ਡਿੱਗ ਜੇ ਸੋ ਇਸ ਲਈ ਪ੍ਰੀ ਮਾਰਕੀਟ ਟੋਟਲੀ ਸੋ ਹੁਣ ਦੇ ਹਿਸਾਬ ਨਾਲ ਇਹੀ ਹੈ ਕਿ ਜੇ ਟੈਸਲਾ ਕੱਲ ਨੂੰ ਉੱਪਰ ਓਪਨ ਹੁੰਦਾ ਤੇ ਇੱਕ ਵਾਰੀ ਇੱਥੇ ਰੀਟੈਸਟ ਦਿੰਦਾ 250 25 ਤੇ ਤਾਂ ਉੱਪਰ ਨੂੰ ਆਪਾਂ ਡੇ ਟ੍ਰੇਡ ਕਰ ਸਕਦੇ ਹਾਂ ਯਮ ਨਾਟ ਟਾਕਿੰਗ ਅਬਾਊਟ ਸਵਿੰਗ ਡੇ ਟ੍ਰੇਡ ਦੇ ਵਿੱਚ ਜਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਨੈਕਸਟ ਸਟਾਕ ਦੀ ਗੱਲ ਕਰਦੇ ਹਾਂ ਆਰਮ ਸਟਾਕ ਦੀ ਸੋ ਆਰਮ ਸਟਾਕ ਜੇ ਤੁਸੀਂ ਦੇਖੀਏ ਤਾਂ ਲਾਸਟ ਸ਼ਾਇਦ ਵੀਕ ਜਾਂ ਉਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ 50 ਡਾਲਰ ਵਾਲਾ ਏਰੀਆ ਹੈਗਾ ਜਿੱਨੂੰ ਹੋਲਡ ਕਰ ਸਕਦਾ 50 ਡਾਲਰ 30 ਸੈਂਟ ਤੇ ਉਹਨੂੰ ਹੋਲਡ ਕੀਤਾ ਹੋਇਆ ਇਹ ਵੀ ਤੁਸੀਂ ਨੈਕਸਟ ਵੀਕ ਦੇ ਵਿੱਚ ਦੇਖਣਾ ਕਿ ਜੇ ਤੁਹਾਨੂੰ ਇੱਥੇ ਉੱ ਤਾਂ ਕਰ ਸਕਦੇ ਹੋ ਜੇ 50 ਡਾਲਰ ਨੂੰ ਪਾਸਟ ਦੇ ਵਿੱਚ ਇੱਕ ਵਾਰੀ ਦੋ ਵਾਰੀ ਹੋਲਡ ਕੀਤਾ ਤੇ ਉੱਪਰ ਨੂੰ ਗਿਆ ਆ ਜਿਹਨੂੰ ਬ੍ਰੇਕ ਕਰ ਗਿਆ ਤੇ ਫਿਰ 50 ਦੇ ਰੀਟੈਸਟ ਤੋਂ ਆਪਾਂ ਥੱਲੇ ਨੂੰ ਐਂਟਰ ਹੋਣ ਬਾਰੇ ਦੇਖਾਂਗੇ ਸੋ ਇਹ ਏਰੀਆ ਸਾਲਿਡ ਹੈਗਾ 50 ਡਾਲਰ ਵਾਲਾ ਆਰਮ ਹੁੰਦਾ ਜਿਹਨੂੰ ਤੁਸੀਂ ਨੈਕਸਟ ਵੀਕ ਦੇ ਵਿੱਚ ਵਾਰਚ ਕਰ ਸਕਦੇ ਆ ਉਸ ਤੋਂ ਬਾਅਦ ਇੱਕ ਹੋਰ ਆਈਪੀਓ ਆਇਆ ਜੀ BIARK ਸੋ ਇਹ ਮੈਂ ਤੁਹਾਡੇ ਨਾਲ ਕਿਉਂ ਸ਼ੇਅਰ ਕਰਨ ਲੱਗਾ ਕਿ ਤੁਹਾਡਾ ਕੰਮ ਕੀ ਹੈ ਨੈਕਸਟ ਵੀਕ ਦੇ ਵਿੱਚ ਤੁਸੀਂ ਦੇਖਣਾ ਕਿ ਕੋਈ ਜਿਹੜਾ ਨਵਾਂ ਆਈਪੀਓ ਕਿਹੜਾ ਆ ਰਿਹਾ ਉਹ ਆਈਪੀਓ ਨਹੀਂ ਦੇਖਣਾ ਜਿਹੜਾ 5 6 7 ਡਾਲਰ ਵਾਲਾ ਤੁਸੀਂ ਕੀ ਦੇਖਣਾ ਹੈ Google ਤੇ ਜਾ ਕੇ ਸਰਚ ਕਰ ਲਓ ਨਿਊ ਆਈਪੀਓ ਲਾਸਟ ਵੀਕ ਜਾਂ ਨਿਊ ਆਈਪੀਓ ਇਨ ਮੰਥ ਆਫ ਅਕਤੂਬਰ ਤੇ ਉਹਦੇ ਵਿੱਚ ਉਹ ਆਈਪੀਓ ਲੱਭੜਾ ਜਿਹੜਾ 25 30 ਡਾਲਰ ਵਾਲਾ ਹੈ ਠੀਕ ਹੈ ਉਹਦੇ ਵਿੱਚ ਥੋੜਾ ਜਿਹਾ ਮੋਮੈਂਟਮ ਹੋਊਗਾ ਸਪੀਡ ਹੋਊਗੀ ਤੇ ਆਪਾਂ ਕੀ ਰੀਸੈਂਟਲੀ ਇੱਕ ਟ੍ਰੈਂਡ ਦੇਖ ਰਹੇ ਹਾਂ ਕਿ ਜਿਹੜੇ ਵੀ ਨਵੇਂ ਆਈਪੀਓ ਆਏ ਆ ਕਈ ਵਾਰੀ ਮਾੜਾ ਮੋਟਾ ਉੱਪਰ ਜਾ ਕੇ ਸਾਰੇ ਡੈੱਡ ਹੋ ਰਿਹਾ ਉੱਪਰ ਜਾ ਕੇ ਡੈੱਡ ਹੋ ਰਿਹਾ ਕਿਉਂਕਿ ਇੱਕ ਟਾਈਮ ਹੁੰਦਾ ਸੀ 2021 ਦੇ ਵਿੱਚ ਕਿ ਜਦੋਂ ਕੋਈ ਵੀ ਆਈਪੀ ਆਉਂਦਾ ਇੱਕ ਜੰ ਠੀਕ ਹੈ ਰਿਵਿਨ ਦਾ ਆਈਪੀ ਆਇਆ ਚਾਹੇ ਲੂਸਿਡ ਦਾ ਆਇਆ ਕਿਸੇ ਵੀ ਕੰਪਨੀ ਦਾ ਜਿਹੜਾ ਆਈਪੀਓ ਆਇਆ ਸੀ ਉਹ ਪੰਪ ਕਰ ਦਿੰਦਾ ਹੈ ਬਟ ਹੁਣ ਇੱਕ ਸੀਜ਼ਨ ਚੱਲ ਰਿਹਾ ਕਿ ਜਿਹਦੇ ਵਿੱਚ ਆਈਪੀਓ ਦੀ ਹਾਈਪ ਨਹੀਂ ਹੈਗੀ ਕਈ ਵਾਰੀ ਟਾਈਮ ਹੁੰਦਾ ਕਿ ਸਪੈਕ ਜਿਹੜੇ ਮਰਜ ਹੁੰਦੇ ਆ ਉਹਨਾਂ ਦੀ ਹਾਈਪ ਹੁੰਦੀ ਆ ਸੋ ਹੁਣ ਇੱਕ ਸੀਜ਼ਨ ਚੱਲ ਰਿਹਾ ਕਿ ਉਹਨਾਂ ਦੀ ਹਾਈਪ ਨਹੀਂ ਹੁੰਦੀ ਸੋ ਉਹ ਤੁਸੀਂ ਫੜ ਕੇ ਸ਼ਾਰਟ ਕਰ ਸਕਦੇ ਆ ਹਰ ਇੱਕ ਦੀ ਆਪਸ਼ਨ ਜਿਹੜੀ ਉਹ ਵਧੀਆ ਨਹੀਂ ਹੁੰਦੀ بیਆਰਕੇ ਦੀ ਆਪਾਂ ਆਪਸ਼ਨ ਟ੍ਰੇਡ ਕਰਨ ਨੂੰ ਫਿਰਦੇ ਸੀ ਲਾਸਟ ਵੀਕ ਦੇ ਵਿੱਚ ਪਤਾ ਸੀ ਕਿ ਥੱਲੇ ਡਿੱਗ ਰਿਹਾ ਥੱਲੇ ਹੋਰ ਡਿੱਗ ਸਕਦਾ ਆ 35 ਡਾਲਰ ਤੱਕ ਜਾ ਸਕਦਾ ਲਾਈਵ ਦੇ ਵਿੱਚ ਮੈਂ ਦੱਸਿਆ ਸੀ ਕਿ 35 ਤੱਕ ਜਾ ਸਕਦਾ ਉਹਦੇ ਨੇੜੇ ਤੇੜੇ ਪਹੁੰਚ ਗਿਆ ਬਟ ਪ੍ਰੋਬਲਮ ਕੀ ਸੀ ਕਿ ਆਪਸ਼ਨ ਦੇ ਵਿੱਚ ਸਪਰੈਡ ਬਹੁਤ ਜ਼ਿਆਦਾ ਸੀ 3-400 ਡਾਲਰ ਦਾ ਸਪਰੈਡ ਸੀ ਮਹਿੰਗੀਆਂ ਸੀ ਆਪਸ਼ਨਾਂ ਤਾਂ ਕਰਕੇ ਆਪਾਂ ਨਹੀਂ ਕੀਤੀਆਂ ਸਟਾਕ ਦੇ ਵਿੱਚ ਤੁਸੀਂ ਕਰ ਸਕਦੇ ਹੋ ਸਪਰੈਡ ਦੇਖ ਕੇ ਸੋ ਇਸ ਲਈ ਕੋਈ ਵੀ ਨਵਾਂ ਆਈਪੀ ਆਉਂਦਾ ਜੇ ਤੁਸੀਂ ਹੁਣ ਦੇਖੋ CART ਨਵਾਂ ਆਈਪੀ ਆਇਆ ਸੀ ਜੀ ਕੀ ਹੋਇਆ ਡੰਪ ਠੀਕ ਹੈ ARM ਵੀ ਨਵਾਂ ਆਈਪੀ ਆਇਆ ਸੀ ਡੰਪ ਉਸ ਤੋਂ ਬਾਅਦ KVYO ਇਹ ਨਵਾਂ ਆਈਪੀ ਹੋਇਆ ਸੀ ਕੀ ਆ ਥੱਲੇ ਡਿੱਗਾ ਥੋੜਾ ਜਿਹਾ 30 ਡਾਲਰ 25 ਸੈਂਟ ਵਾਲੇ ਏਰੀਆ ਨੂੰ ਹੋਲਡ ਕਰ ਰਿਹਾ ਇਹਨੂੰ ਵੀ ਤੁਸੀਂ ਵਾਚ ਕਰ ਸਕਦੇ ਆ ਨੈਕਸਟ ਵੀਕ ਦੇ ਵਿੱਚ ਕਿ 30 ਡਾਲਰ 25 ਸੈਂਟ ਨੂੰ ਹੋਲਡ ਕਰਕੇ ਜੇ ਤੁਹਾਨੂੰ ਉੱਪਰ ਨੂੰ ਟ੍ਰੇਡ ਦਿੰਦਾ ਤੇ ਜਾ ਸਕਦੇ ਆ ਸੋ ਇਸ ਕਰਕੇ ਨਵੇਂ ਆਈਪੀਓ ਛੋਟੇ ਨਹੀਂ 5-6 ਡਾਲਰ ਵਾਲਾ ਨਹੀਂ ਜੇ ਕੋਈ ਵੱਡਾ ਥੋੜਾ ਜਿਹਾ 25-30 ਵਾਲਾ ਆਉਂਦਾ ਤੇ ਉਹਦੇ ਵਿੱਚ ਪ੍ਰੋਫਿਟ ਤੁਸੀਂ ਵਧੀਆ ਬਣਾ ਸਕਦੇ ਆ ਜੇ ਉਹਨੂੰ ਸ਼ਾਰਟ ਕਰਨਾ ਕਿਸੇ ਏਰੀਆ ਤੋਂ ਸੋ ਬਾਕੀ ਜੇ ਪੁੱਛਣਾ ਹੋਇਆ ਤਾਂ ਤੁਸੀਂ ਉਹੀ ਆ ਕਿ ਗਰੁੱਪ ਦੇ ਵਿੱਚ ਪੁੱਛ ਲਿਓ ਜੇ ਕੋਈ ਆਈਪੀਓ ਤੁਹਾਨੂੰ ਲੱਗਾ ਅਟਰੈਕਟਿਵ ਤੇ ਤੁਹਾਨੂੰ ਮੈਂ ਏਰੀਆ ਦੱਸਣ ਦੀ ਕੋਸ਼ਿ ਉਸ ਤੋਂ ਬਾਅਦ ਸਟਾਕ ਆਜੀ ਸ਼ਾਪੀਫਾਈ ਇਹਦੀ ਆਪਾਂ ਥੋੜੀ ਜੀ ਗੱਲ ਕਰਦੇ ਇੱਕ ਬਹੁਤ ਵਧੀਆ ਏਰੀਆ ਤੇ ਆ ਰਿਹਾ ਜਿੱਥੋਂ ਹੀ ਉੱਪਰ ਜਾ ਸਕਦਾ ਉਹ ਕਿਡਾ ਆ ਆਵੜਾ ਸੋ ਆਲਮੋਸਟ ਉੱਥੇ ਪਹੁੰਚ ਗਿਆ ਰੁਕਿਆ ਵੀ ਆ ਥੋੜਾ ਜਿਆ ਆਪਾਂ ਇਹ ਹੀ ਦੇਖਣਾ ਕਿ ਕੀ ਇਹ ਵਾਪਸੀ ਕਰ ਪਾਉਂਦਾ ਤੇ ਜਾਂ ਨਹੀਂ ਸੋ ਜਿੱਥੇ ਕਿ ਚੱਲ ਰਿਹਾ ਇਹਦੇ ਹਿਸਾਬ ਨਾਲ ਮੈਨੂੰ ਇਹ ਹੀ ਲੱਗ ਰਿਹਾ ਕਿ ਸ਼ਾਇਦ ਇਹ ਆਫਟਰ ਆਵਰ ਦੇ ਵਿੱਚ ਉਧਰ ਵਾਪਸੀ ਕਰ ਗਿਆ ਸੀ ਲੈਟਸ ਗੋ ਐਂਡ ਚੈੱਕ ਆਈ ਡੋਨਟ نو ਵਾਈਟ ਇਟ ਇਜ਼ ਸ਼ੋਇੰਗ ਐਟ 5330 5333 ਬਟ ਅਸਲ ਦੇ ਵਿੱਚ ਜੇ ਪ੍ਰਾਈਸ ਇੱਥੇ ਆ 5150 ਤੇ ਤੇ ਆਹ ਵਾਲੀ ਜਿਹੜੀ ਬਾਟਮ ਆ 50 ਕ ਡਾਲਰ 50 ਸੈਂਟ ਵਾਲੀ ਆਪਾਂ ਜੇ ਕਹਿ ਦਈਏ ਜਾਂ 70 ਸੈਂਟ ਵਾਲੀ ਤਾਂ ਉਹਦੇ ਨੇੜੇ ਤੇ ਜਿਹੜੇ ਆਪਾਂ ਦੇਖਾਂਗੇ ਰੀਟੈਸਟ ਮਿਲਦਾ ਤਾਂ ਨੈਕਸਟ ਵੀਕ ਦੇ ਵਿੱਚ ਆਪਾਂ ਐਂਟਰੀ ਲੈ ਸਕਦੇ ਹਾਂ ਸੋ लेट्स ਪੁੱਟ ਆਰ ਅਲਰਟ ਹੇਅਰ ਤਾਂ ਕਿ ਆਪਾਂ ਨੂੰ ਕੱਲ ਨੂੰ ਪਤਾ ਹੋਵੇ ਕਿ ਇਹ ਆਪਾਂ ਏਰੀਆ ਜਿਹੜਾ ਹੈ ਮਾਰਕ ਕੀਤਾ ਆ ਇਦਾਂ ਹੀ ਆਪਾਂ ਜੇ ਗੱਲ ਕਰੀਏ ਸਪੋਟੀਫਾਈ ਦੀ ਤਾਂ ਉਹ ਵੀ ਸੇਮ ਦੀ ਸਿਚੁਏਸ਼ਨ ਦੇ ਵਿੱਚ ਆ ਕਾਫੀ ਵਧੀਆ ਏਰੀਆ ਆ ਸ਼ਾਇਦ ਲਾਸਟ ਵੀਕ ਜਾਂ ਉਸ ਤੋਂ ਪਹਿਲਾਂ ਕਿਸੇ ਨੂੰ ਮੈਂ ਦੱਸਿਆ ਹੋਣਾ ਯਸ ਉਹ ਮਾਰਕ ਕੀਤਾ ਸੀ ਉਹਦੇ ਨੇੜੇ ਤੇ ਡਿਓ ਡ੍ਰੌਪ ਹੋਇਆ ਐਗਜ਼ੈਕਟ ਨਹੀਂ ਕਿਹਾ ਉੱ ਬਾਟ ਬਾਟਮ ਤੇ ਤੁਸੀਂ ਦੇਖੋ ਤਾਂ 50 ਡੇਨ ਹੋਲਡ ਕਰਕੇ ਉੱਪਰ ਆ 50 ਡੇਨ ਹੋਲਡ ਕਰਕੇ ਉੱਪਰ ਉਹਦੇ ਨੇੜੇ ਆ ਰਿਹਾ 150 ਡਾਲਰ ਤੇ ਸੋ ਜੇ 150 ਤੇ ਆਉਂਦਾ ਤੇ ਉਥੋਂ ਹੋਲਡ ਕਰਕੇ ਉੱਪਰ ਜਾਂਦਾ ਤਾਂ ਤੁਸੀਂ ਇਹਨੂੰ ਵੀ ਨੈਕਸਟ ਵੀਕ ਦੇ ਵਿੱਚ ਟ੍ਰੇਡ ਕਰਨ ਬਾਰੇ ਦੇਖ ਸਕਦੇ ਆ ਸਪੋਟੀਫਾਈ ਨੂੰ ਸੋ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਸਟਾਕ ਬਹੁਤ ਆ ਸੋ ਬਾਕੀ ਏਰੀਆ ਤੁਸੀਂ ਮਾਰਕ ਕਰ ਲਿਓ ਇਹ ਨਾ ਹੋਵੇ ਕਿ ਤੁਹਾਨੂੰ ਪਤਾ ਹੀ ਨਾ ਲੱਗੇ ਕਿਹੜਾ ਕਿਹੜਾ ਸੋ ਏਬੀਐਨਬੀ ਏਬੀਐਨਬੀ ਦੀ ਗੱਲ ਕਰੀਏ ਤਾਂ ਇਹ ਵੀ ਸਟਾਕ ਆਪਾਂ ਦੋ ਵੀਕ ਪਹਿਲਾਂ ਇੱਥੋਂ ਸੇਮ 200 ਮੂਵਿੰਗ ਐਵਰੇਜ ਤੋਂ ਇਹਦੀ ਟ੍ਰੇਡ ਲਈ ਸੀ ਗਰੁੱਪ ਦੇ ਵਿੱਚ ਵੀ ਸ਼ਾਇਦ ਮੈਂ ਸ਼ੇਅਰ ਕੀਤਾ ਸੀ ਤੇ ਉੱਪਰ ਗਿਆ ਐਗਜ਼ੈਕਟ ਸੇਮ ਏਰੀਆ ਤੇ ਆ ਰਿਹਾ ਜੀ 123 ਡਾਲਰ ਦੇ ਨੇੜੇ ਤੇੜੇ ਸੋ ਇਹਦਾ ਵੀ ਆਪਾਂ ਅਲਰਟ ਲਾਉਣਾ ਜੇ ਨੈਕਸਟ ਵੀਕ ਦੇ ਵਿੱਚ ਆਪਾਂ ਨੂੰ ਸਿਮਿਲਰ ਕਾਈਂਡ ਆਫ ਟ੍ਰੇਡ ਮਿਲਦੀ ਜੇ ਇੱਥੇ ਤੁਸੀਂ ਦੇਖੋ ਤਾਂ 122 ਤੋਂ 131 ਤੱਕ ਚੱਲ ਗਿਆ 10 ਡਾਲਰ ਦੀ ਮੂਵ ਸੀ ਆਪਸ਼ਨਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਕਿਉਂਕਿ ਆਪਸ਼ਨਾਂ ਇਹਦੀਆਂ ਹੈ ਬਹੁਤ ਵਧੀਆ ਸੀ ਸੋ ਇਦਾਂ ਜੀ 123 ਨੂੰ ਹੋਲਡ ਕਰਦਾ ਤੇ ਉੱਪਰ ਨੂੰ ਜਾਂਦਾ ਤਾਂ ਆਪਾਂ ਟ੍ਰੇਡ ਇਹ ਨਹੀਂ ਕਿ ਤੁਸੀਂ 123 ਤੇ ਆ ਗਿਆ ਤੇ ਚੱਕ ਕੇ ਐਂਟਰੀ ਮਾਰ ਦੇਣੀ ਤੁਸੀਂ ਉੱਥੇ ਦੇਖਣਾ ਕਿ ਡਾਇਰੈਕਸ਼ਨ ਚੇਂਜ ਹੋ ਰਹੀ ਆ ਹੋਲਡ ਕਰ ਰਿਆ ਫਿਰ ਉਹਦੇ ਵਿੱਚ ਐਂਟਰ ਹੋਣਾ ਆ ਤੱਕਾ ਨਹੀਂ ਕਰਨਾ ਇੱਥੇ ਸੋ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਓਵਰਆਲ ਮਾਰਕੀਟ ਦੀ ਤਾਂ ਓਵਰਆਲ ਮਾਰਕੀਟ ਲਾਸਟ ਵੀਕ ਦੇ ਵਿੱਚ ਕਾਫੀ ਹਾਈਪ ਸੀ ਸਟਾਰਟਿੰਗ ਦੇ ਵਿੱਚ ਬਟ ਫਰਾਈਡੇ ਥੋੜਾ ਜਿਹਾ ਉਲਟ ਹੋ ਗਿਆ ਤੇ ਇੱਕਦਮ ਮਾਰਕੀਟ ਥੱਲੇ ਡਿੱਗੀ ਸੋ ਮੈਂ ਫਰਾਈਡੇ ਕੋਈ ਟਰੇਡ ਨਹੀਂ ਲਈ ਸੋ ਫਨੀ ਇਹ ਆ ਕਿ ਮੈਨੂੰ ਥਰਸਡੇ ਇੱਕ ਵੀਰ ਨੇ ਟਿਕਟੌਕ ਦੇ ਲਾਈਵ ਤੇ ਮੈਸੇਜ ਕੀਤਾ ਲਾਈਵ ਹੋਏ ਸੀ ਵੀ ਤੁਸੀਂ ਕੋਈ ਇਦਾਂ ਦਾ ਦਿਨ ਵੀ ਹੁੰਦਾ ਟਰੇਡ ਨਹੀਂ ਕਰਦੇ ਸੋ ਫਰਾਈਡੇ ਦਿਨ ਆ ਗਿਆ ਅਗਲੇ ਦਿਨ ਇਹ ਆਪਾਂ ਕੋਈ ਵੀ ਟਰੇਡ ਨਹੀਂ ਕੀਤੀ ਕਿਉਂਕਿ ਇੱਕ ਪੁਟ ਹੈ ਗਈ ਸੀ ਮਾਰਨਿੰਗ ਦੇ ਵਿੱਚ ਉਹਨੂੰ ਆਪਾਂ ਮਿਸ ਕਰ ਗਏ ਇਵੈਂਟ ਦੇ ਕਰਕੇ ਐਂਟਰੀ ਜਾਦੀ ਦੂਰ ਹੋ ਰਹੀ ਸੀ ਥੋੜੀ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਐਂਟਰੀ ਨਹੀਂ ਹੋਈ ਕਿਉਂਕਿ ਮਾਰਕੀਟ ਥੱਲੇ ਦੀ ਥੱਲੇ ਹੀ ਡਿੱਗਦੀ ਗਈ ਸੋ ਹੁਣ QQ ਦੇ ਵਿੱਚ ਕੀ ਹੋ ਰਿਹਾ ਜੀ ਥਿਸ ਇਜ਼ ਵਾਟ ਆਈ ਏਮ ਲੁਕਿੰਗ ਐਟ ਕਿ ਇੱਕ ਕਾਵਲੀ ਟ੍ਰੈਂਡ ਲਾਈਨ ਬਣ ਰਹੀ ਹੈ ਜਿੰਨੂੰ ਸ਼ਾਇਦ ਨੈਕਸਟ ਵੀਕ ਦੇ ਵਿੱਚ ਦੇਖਦੇ ਆ ਸ਼ਾਇਦ ਟੱਚ ਕਰੇ ਇੱਕ ਵਾਰੀ ਕੋਸ਼ਿਸ਼ ਕਰੇ 275 ਦੇ ਨੇੜੇ ਤੇੜੇ ਆਣ ਕੇ ਟੱਚ ਕਰਕੇ ਤੇ ਡ੍ਰੌਪ ਹੋਵੇ ਸੋ ਆ ਟ੍ਰੈਂਡ ਲਾਈਨ ਤੋਂ ਇੱਥੋਂ ਸਟਾਰਟ ਹੋਈ ਆ ਟੱਚ ਕਰਕੇ ਡਿੱਗਿਆ ਤੇ ਟੱਚ ਕਰਕੇ ਮੈਨੂੰ ਲੱਗਦਾ ਕਿ ਇੱਕ ਵਾਰੀ ਜਾਊ ਇਹਦੇ ਨੇੜੇ ਥੋੜਾ ਜਿਹਾ ਵਾਪਸੀ ਕਰਕੇ ਤੇ ਟੱਚ ਕਰਕੇ ਡ੍ਰੌਪ ਹੋ ਸਕਦਾ ਆ ਸੋ ਮਾਰਕੀਟ ਜਿਹੜੇ ਆਪਣਾ ਹਾਈ ਆ ਉਸ ਤੋਂ ਬੜੀ ਦੂਰ ਤੇ ਹੈ ਨਹੀਂ ਕਿਉਂਕਿ ਹਾਈ ਜਿਹੜਾ ਮਾਰਕੀਟ ਦਾ ਹੈਗਾ ਆ ਉਹ ਸੀ 388 ਵਾਲਾ ਮਾਰਕੀਟ ਲਾਸਟ ਵੀਕ ਦੇ ਵਿੱਚ ਆਲਮੋਸਟ 374 ਦੇ ਨੇੜੇ ਉਤੇ ਜਿਹੜੇ ਮੁੜੀ ਆ ਸੋ ਕੋਈ 14 ਕੁ ਪੁਆਇੰਟਾਂ ਦਾ ਫਰਕ ਆ ਵਿੱਚ ਇਜ਼ ਨਾਟ ਟੂ ਮੱਚ ਸੋ ਵਾਪਸੀ ਕਰਨੀ ਹੈ ਤੇ ਦਾ ਦੋ ਤਿੰਨ ਦਿਨਾਂ ਦਾ ਹੀ ਕੰਮ ਆ ਕਰ ਵੀ ਸਕਦੀ ਹੈ ਉੱਪਰ ਤੱਕ ਬਟ ਮੈਨੂੰ ਲੱਗਦਾ ਹੈ ਕਿ ਆਹ ਟ੍ਰੈਂਡ ਲਾਈਨ ਜੇ ਹੋਲਡ ਕਰਦੀ ਹੈ ਤਾਂ ਮਾਰਕੀਟ ਹੋਰ ਇੱਕ ਨਿਊ ਲੋ ਬਣਾਉਣ ਬਾਰੇ ਦੇਖੂਗੀ ਨਿਊ ਹਾਈ ਜੇ ਨਹੀਂ ਬਣਦਾ ਤਾਂ ਨਿਊ ਲੋ ਜਿਹੜਾ ਆ ਉਹ ਬਣਨਾ ਬਣ ਸਕਦਾ ਹੈ ਬਣਨਾ ਚਾਹੀਦਾ ਨਹੀਂ ਬਣ ਸਕਦਾ ਹੈ ਮਾਰਕੀਟ ਦੇ ਵਿੱਚ ਸੋ 350 ਵਾਲੇ ਏਰੀਆ ਤੱਕ ਇੱਕ ਰੀ ਪਹੁੰਚ ਗਈ ਸੋ ਜੇ ਆਪਾਂ ਸਪਾਈ ਦੀ ਗੱਲ ਕਰੀਏ ਤਾਂ ਤੁਹਾਨੂੰ ਇਹੀ ਮੈਂ ਮੈਂਸ਼ਨ ਕਰਦਾ ਸੀ ਕਿ 300 ਸੌਰੀ 400 1500 425 ਦੇ ਵਿੱਚ ਵਿੱਚ ਵਾਪਸ ਮੁੜ ਸਕਦਾ ਸੋ ਸਪਾਈ ਜੇ ਤੁਸੀਂ ਦੇਖੋ ਤਾਂ ਕਿਹੜੇ ਏਰੀਆ ਤੇ ਵਾਪਸ ਮੁੜਿਆ ਜੀ ਤੁਹਾਡੇ ਸਾਹਮਣੇ 200 ਇਮੂਵਿੰਗ ਐਵਰੇਜ ਨੂੰ ਜਿਹਦੀ ਆਪਾਂ ਗੱਲ ਕੀਤੀ ਸੀ ਉਹ ਤੋਂ ਵਾਪਸ ਮੁੜ ਗਿਆ 400 ਵੀਕ ਦੇ ਨੇੜੇਓ ਸੋ ਸ਼ਾਇਦ ਡੰਪੇ ਕੱਦਾ ਆਵੇ ਤੇ 415 ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੇ ਬਟ ਆਪਾਂ ਚਾਹੁੰਦੇ ਹਾਂ ਕਿ ਉੱਪਰ ਹੀ ਜਾਈ ਜਾਵੇ ਮਾਰਕੀਟ ਸਿਚੁਏਸ਼ਨ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਹਾਊਸ ਸਪੀਕਰ ਵਾਲੀ ਆ ਉਹ ਮਾਰਕੀਟ ਦੇ ਉੱਪਰ ਥੋੜਾ ਜਿਹਾ 네ਗਟਿਵ ਇੰਪੈਕਟ ਪਾ ਸਕਦੀ ਆ ਬਾਕੀ ਜਿਹੜੀ ਨੈਕਸਟ ਇੰਟਰਸਟ ਰੇਟ ਹਾਈਕ ਆ ਉਹ ਵੀ ਕਾਫੀ ਇੰਪੋਰਟੈਂਟ ਆ ਇੰਟਰਸਟ ਰੇਟ ਹਾਈਕ ਆਜ ਉਹ ਮਾਰਕੀਟ ਨੇ ਆਲਰੇਡੀ ਪ੍ਰਾਈਸ ਇਨ ਆਲਮੋਸਟ ਕੀਤੀ ਹੋਈ ਹੈ ਕਿ ਰੇਟ ਹਾਈਕ ਹੋ ਰ ਆ ਸਕਦੀ ਆ ਬਟ ਜੇ ਉਸ ਇੰਟਰਸਟ ਰੇਟ ਹਾਈਕ ਵਾਲੇ ਦਿਨ ਅੰਕਲ ਜੀ ਨੇ ਕਹਿਤਾ ਕਿ ਹੁਣ ਇਸ ਤੋਂ ਬਾਅਦ ਡੰਨਾ ਹੋਰ ਕੋਈ ਇੰਟਰਸਟ ਰੇਟ ਹਾਈਕ ਨਹੀਂ ਆਉਣੀ ਵੀ ਆਰ ਡਨ ਤੇ ਹੁਣ ਇੰਟਰਸਟ ਰੇਟ ਜਿਹੜਾ ਘਟਣਾ ਹੈ ਉਹ ਸ਼ੁਰੂ ਹੋਊਗਾ ਉਹ ਇੱਕ ਮਾਰਕੀਟ ਦੇ ਵਿੱਚ ਥੋੜੀ ਜਿਹੀ ਐਕਸਾਈਟਮੈਂਟ ਫਿਲ ਕਰੂਗਾ ਉਦੋਂ ਪੰਪ ਹੋਣੀ ਮਾਰਕੀਟ ਸ਼ੁਰੂ ਹੋ ਸਕਦੀ ਹੈ ਬਟ ਨੈਕਸਟ ਵੀਕ ਦੇ ਵਿੱਚ ਸ਼ਾਇਦ ਥੋੜਾ ਬਹੁਤਾ ਉੱਪਰ ਜਾ ਕੇ ਕਰੀ ਤੇ ਡ੍ਰੌਪ ਆ ਸਕਦਾ ਐਂਡ ਆਫ ਦਾ ਡੇ ਵੀ ਵਿਲ ਪਲੇ ਦਾ ਏਰੀਆ ਜਿਹੜਾ ਕਿ ਸਪਾਈ ਦਾ ਵੀ ਤੁਹਾਡੇ ਸਾਹਮਣੇ 50 ਦੇ موਵਿੰਗ ਐਵਰੇਜ ਆ ਰਹੀ ਆ ਇਹਨੂੰ ਆਪਾਂ ਦੇਖ ਸਕਦੇ ਆ ਤੇ QQ ਦੀ ਜਿਹੜੀ ਤੁਹਾਨੂੰ ਮੈਂ ਦੱਸੀ ਆ ਇੱਕ ਜਿਹੜੀ ਟ੍ਰੈਂਡ ਲਾਈਨ ਆ ਰਹੀ ਆ ਉਹਨੂੰ ਆਪਾਂ ਪਲੇ ਕਰਨ ਬਾਰੇ ਦੇਖ ਸਕਦੇ ਆ ਠੀਕ ਹੈ ਜੀ ਸੋ ਹੋਰ ਕੋਈ ਜੇ ਤੁਹਾਡਾ ਸਟਾਕ ਬਾਰੇ ਕੁਐਸਚਨ ਹੈਗਾ ਤਾਂ ਦੱਸੋ ਆਦਰਵਾਇਸ ਆਈ ਥਿੰਕ ਦੈਟਸ ਇਟ ਫਾਰ ਟੂ ਨਾਈਟ ਪਰ ਯੂਐਲ ਦੀ ਅਰਨਿੰਗ ਕਿੱਦਾਂ ਆ ਸਕਦੀ ਆ ਜੀ ਆਈਡੀਆ ਸੋ ਪਰਮਿੰਦਰ ਜੀ ਮੈਂ ਆਲਰੇਡੀ ਦੱਸਿਆ ਕਿ ਅਰਨਿੰਗ ਨੋਬਡੀ ਨੋਸ ਇਹ ਨਹੀਂ ਕਿ ਮੈਨੂੰ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਤੁੱਕਲ ਆ ਰਹੀਏ ਤੇ ਲਾਉਣ ਨੂੰ ਮੈਂ ਕਹਿ ਦੂੰਗਾ ਜੀ ਵਧੀਆ ਆ ਸਕਦੀ ਆ ਤੇ ਵਧੀਆ ਆ ਗਈ ਤੁਸੀਂ ਬਹੁਤ ਬਹੁਤ ਖੁਸ਼ ਹੋਣਾ ਜੇ ਮਾੜੀ ਆ ਗਈ ਤੁਸੀਂ ਕਹਿੰਦਾ ਨੁਕਸਾਨ ਕਰਾ ਦਿੱਤਾ ਸੋ ਜਿੱਧਰ ਨੂੰ ਤੁਹਾਡਾ ਦਿਲ ਕਰਦਾ ਜੀ ਹਾਂਜੀ ਜਾਣਾ ਆ ਉਧਰ ਨੂੰ ਅੱਖਾਂ ਮੀਟ ਕੇ ਜਾ ਸਕਦੇ ਹੋ ਵੈਗੁਰੂ ਦਾ ਨਾਮ ਲੈ ਕੇ ਪਤਾ ਕਿਸੇ ਨੂੰ ਨਹੀਂ ਆ ਕਿਉਂਕਿ ਅਰਨਿੰਗ ਦੇ ਵਿੱਚ ਕੱਲੇ ਨੰਬਰ ਨਹੀਂ ਹੁੰਦੇ ਫਿਊਚਰ ਦੀ ਗਾਈਡੈਂਸ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੈਕਟ ਕਰਦੀਆਂ ਸੋ ਇਸ ਕਰਕੇ ਤੁਸੀਂ ਮੇਰੇ ਤੋਂ ਪੁੱਛੋ ਕਿ ਕਿਧਰ ਨੂੰ ਜਾਣੀ ਆ ਤੁਹਾਨੂੰ ਕੋਈ ਰਾਈਟ ਆਨਸਰ ਨਹੀਂ ਮਿਲੂਗਾ ਮੈਂ ਵੀ ਆਪਣਾ ਗੈਸ ਮਾਰ ਦੂੰਗਾ ਉਹ ਤੁਸੀਂ ਹੀ ਮਾਰ ਸਕਦੇ ਹੋ ਉੱਪਰਿਆਂ ਥੱਲੇ ਨੂੰ ਠੀਕ ਹੈ ਜੀ ਸੋ ਬਾਕੀ ਮਿਲਦੇ ਆ ਜੀ ਜਿਨ੍ਹਾਂ ਨੇ ਲਾਈਵ ਟਰੇਡਿੰਗ ਲਈ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਕੱਲ ਮਾਰਨਿੰਗ ਦੇ ਵਿੱਚ ਤੇ ਕਰਦੇ ਆ ਆਪਾਂ ਵਧੀਆ ਵਧੀਆ ਟਰੇਡਾਂ ਸੋ ਲਾਸਟ ਵੀਕ ਦੇ ਵਿੱਚ ਆਪਾਂ 12 ਟਰੇਡਾਂ ਕੀਤੀਆਂ ਸੀ 10 ਆਪਣੀਆਂ ਸਹੀ ਰਹੀਆਂ ਤੇ ਦੋ ਟਰੇਡਾਂ ਹੀ ਰੈੱਡ ਦੇ ਵਿੱਚ ਅਸੀਂ 10 ਗ੍ਰੀਨ ਹੀ ਸੋ ਦੇਖਦੇ ਆ ਨੈਕਸਟ ਵੀਕ ਆਪਣਾ ਕਿੱਦਾਂ ਦਾ ਜਾਂਦਾ ਜੀ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ